ਕਾਲ ਅਕੈਡਮੀ ਖਿਚੀਪੁਰ ਗ੍ਰੇਡ 4 ਸਬਜੈਕਟ ਇੰਗਲਿਸ਼ ਚੈਪਟਰ 9 ਪੇਜ ਨੰਬਰ 128 ਆਫ ਮੇਨ ਕੋਰਸ ਬੁੱਕ ਦੋਨਾ ਭਰਾਵਾਂ ਨੇ ਨੇੜੇ ਵਗਦੀ ਹੋਈ ਪਾਣੀ ਦੀ ਧਾਰਾ ਵਿੱਚ ਆਪਣੇ ਹੱਥੋ ਤੇ ਅਤੇ ਭੋਜਨ ਵਾਲੇ ਡੱਬਿਆਂ ਨੂੰ ਖੋਲ ਲਿਆ ਉਹ ਹੈਰਾਨ ਹੋ ਗਏ ਉਹਨਾਂ ਨੇ ਦੇਖਿਆ ਜਦ ਕਿ ਰਮੇਸ਼ ਦੇ ਕੋਲ ਤਿੰਨ ਪਰੌਂਠੇ ਸਨ ਅਤੇ ਸੁਰੇਸ਼ ਦੇ ਡੱਬੇ ਵਿੱਚ ਸਿਰਫ ਦੋ ਹੀ ਪਰੌਂਠੇ ਸਨ ਸ਼ਾਇਦ ਉਹਨਾਂ ਦੀ ਮਾਂ ਨੇ ਇਹ ਸੋਚ ਕੇ ਕਿ ਰਮੇਸ਼ ਨੂੰ ਜ਼ਿਆਦਾ ਭੁੱਖ ਲੱਗਦੀ ਹੈ ਉਸ ਨੂੰ ਜ਼ਿਆਦਾ ਭੋਜਨ ਦੀ ਜ਼ਰੂਰਤ ਹੋਵੇਗੀ ਪਰ ਸੁਰੇਸ਼ ਬਹੁਤ ਅਸ਼ਾਂਤ ਹੋ ਗਿਆ ਜਿਵੇਂ ਕਿ ਉਹ ਖਾਣਾ ਸ਼ੁਰੂ ਕਰਨ ਜਾ ਹੀ ਰਹੇ ਸਨ ਇੱਕ ਯਾਤਰੀ ਉਹਨਾਂ ਦੇ ਕੋਲ ਆਇਆ ਅਤੇ ਕਹਿਣ ਲੱਗਾ ਬਰਾਵੋ ਤੁਹਾਡੇ ਭੋਜਨ ਦੇ ਵਿੱਚ ਵਿਘਨ ਪਾਉਣ ਦੇ ਲਈ ਮਾਫੀ ਚਾਹੁੰਦਾ ਹਾਂ ਪਰ ਮੈਂ ਰਸਤਾ ਭਟਕ ਚੁੱਕਾ ਹਾਂ ਮੈਨੂੰ ਬਹੁਤ ਭੁੱਖ ਲੱਗੀ ਹੈ ਮੇਰੀ ਜੇਬ ਵਿੱਚ ਪੈਸੇ ਵੀ ਹਨ ਪਰ ਇਸ ਜੰਗਲ ਵਿੱਚੋਂ ਮੈਂ ਭੋਜਨ ਕਿੱਥੋਂ ਖਰੀਦ ਸਕਦਾ ਹਾਂ ਜੇਕਰ ਤੁਸੀਂ ਆਪਣਾ ਭੋਜਨ ਮੇਰੇ ਨਾਲ ਵੰਡੋਗੇ ਤਾਂ ਫਿਰ ਉਸ ਦੇ ਬਦਲੇ ਮੈਂ ਤੁਹਾਨੂੰ ਪੈਸੇ ਦੇਵਾਂਗਾ सुरेश हमेशा ही खुशी नाल ਥੋੜੇ ਪੈਸੇ ਕਮਾਉਣਾ ਚਾਹੁੰਦਾ ਸੀ ਇਸ ਲਈ ਉਹ ਜਲਦੀ ਹੀ ਆਸਾਨੀ ਨਾਲ ਸਹਿਮਤ ਹੋ ਗਿਆ रमेश ਨੇ ਵੀ ਹਾਂ ਵਿੱਚ ਆਪਣਾ ਸਿਰ ਹਿਲਾਇਆ ਪਰ ਕਿਉਂਕਿ ਉਸ ਨੂੰ ਉਸ ਅਜਨਬੀ ਲਈ ਬੁਰਾ ਲੱਗ ਰਿਹਾ ਸੀ ਅਤੇ ਉਹ ਉਸ ਦੀ ਮਦਦ ਕਰਨਾ ਚਾਹੁੰਦਾ ਸੀ ਉਹ ਤਿੰਨੋਂ ਬੈਠ ਗਏ ਅਤੇ ਉਨ੍ਹਾਂ ਨੇ ਸਾਰੇ ਪਰੌਂਠਿਆਂ ਨੂੰ ਆਪਸ ਵਿੱਚ बराबर ਹਿੱਸਿਆਂ ਵਿੱਚ ਵੰਡ ਲਿਆ ਜਦੋਂ ਉਹਨਾਂ ਨੇ ਭੋਜਨ ਖਾ ਲਿਆ ਉਹਨਾਂ ਨੇ ਆਪਣੇ ਹੱਥੋਂ ਤੇ ਉਸ ਯਾਤਰੀ ਨੇ ਪੰਜ ਚਾਂਦੀ ਦੇ ਸਿੱਕੇ ਉਹਨਾਂ ਦੇ ਸਾਹਮਣੇ ਰੱਖ ਦਿੱਤੇ ਅਤੇ ਕਿਹਾ ਧੰਨਵਾਦ ਤੁਸੀਂ ਆਪਣਾ ਭੋਜਨ ਮੇਰੇ ਨਾਲ ਵੰਡ ਕੇ ਖਾਂਦਾ ਮੈਂ ਤਾਂ ਭੁੱਖ ਦੇ ਨਾਲ ਬੇਹੋਸ਼ ਹੀ ਹੋਣ ਲੱਗਾ ਸੀ ਹੁਣ ਮੈਨੂੰ ਜਾਣ ਦੀ ਆਗਿਆ ਦਿਓ ਰਮੇਸ਼ ਨੇ ਉਹਨਾਂ ਸਿੱਕਿਆਂ ਦੇ ਵਿੱਚੋਂ ਤਿੰਨ ਆਪਣੇ ਕੋ ਰੱਖ ਲਏ ਤੇ ਬਾਕੀ ਦੇ ਬਚਦੇ ਹੋਏ ਦੋ ਆਪਣੇ ਭਰਾ ਨੂੰ ਦੇ ਦਿੱਤੇ। சுரேਸ਼ ਨੂੰ ਬਹੁਤ ਗੁੱਸਾ ਆਇਆ। ਅਸੀਂ ਆਪਣਾ ਭੋਜਨ ਬਰਾਬਰ ਉਸ ਆਦਮੀ ਦੇ ਨਾਲ ਵੰਡਿਆ ਹੈ। ਇਸ ਕਰਕੇ ਜੋ ਵੀ ਉਸਨੇ ਸਾਨੂੰ ਦਿੱਤਾ ਹੈ ਉਸ ਦਾ ਅੱਧਾ ਹਿੱਸਾ ਮੇਰਾ ਹੋਵੇਗਾ। ਤੈਨੂੰ ਮੈਨੂੰ ਹੋਰ ਆਤਾ ਸਿੱਕਾ ਦੇਣਾ ਚਾਹੀਦਾ ਹੈ। ਰਮੇਸ਼ ਮੁਸਕਰਾਇਆ ਅਤੇ ਕਿਹਾ ਮੈਂ ਤਿੰਨ ਪਰੌਠੇ ਵੰਡੇ ਸਨ ਜਦਕਿ ਤੂੰ ਦੂ ਇਸ ਕਰਕੇ ਮੈਨੂੰ ਤਿੰਨ ਸਿੱਕੇ ਮਿਲਨੇ ਚਾਹੀਦੇ ਹਨ ਅਤੇ ਤੈਨੂੰ ਦੋ ਪਰ ਜੇਕਰ ਤੂੰ ਇਸ ਵੰਡ ਤੋਂ ਨਾ ਖੁਸ਼ ਹੈ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਹੈ ਤੈਨੂੰ ਮੇਰੇ ਹਿੱਸੇ ਦੇ ਵਿੱਚੋਂ ਬਾਕੀ ਅਧਾ ਸਿੱਕਾ ਦੇਣ ਵਿੱਚ ਪਰ ਇਸ ਸਮੇਂ ਮੇਰੇ ਕੋਲ ਟੁੱਟੇ ਪੈਸੇ ਨਹੀਂ ਹਨ ਜਦੋਂ ਆਪਾਂ ਸ਼ਹਿਰ ਪਹੁੰਚ ਗਏ ਉਸ ਸਮੇਂ ਮੈਂ ਤੈਨੂੰ ਤੇਰੇ ਹਿੱਸੇ ਦੇ ਬਾਕੀ ਪੈਸੇ ਦੇ ਦੇਵਾਂਗਾ ਵੱਲੋਂ ਮਨ ਰੀਤਕਾਰ